ਸੁਖਪਾਲ ਬਾਰੇ ਕੀ ਕਹਿਣਾ ਤੁਹਾਡਾ? ਸੁਖਪਾਲ ਸਿੰਘ ਤਾਂ ਪਹਿਲੀ ਸਾਡੇ ਨਾਲ ਕਹਿੰਦਾ ਜੀ ਕੇਜਰੀਵਾਲ ਨੇ ਮੈਨੂੰ ਸਬਜ ਬਾਗ ਵਾ ਕੇ ਰਲਾ ਲਿਆ, ਇਹਨਾਂ ਦਾ ਵੀ ਕੰਮ ਅਕਾਲੀਆਂ ਵਰਗਾ ਜੋ ਅਕਾਲੀਆਂ ਨੇ ਕੀਤਾ ਉਹੀ ਹੁਣ ਆਮ ਆਦਮੀ ਪਾਰਟੀ ਵਾਲੀ ਨਹੀਂ ਤਾਂ ਤੁਸੀਂ ਇਹ ਨਾ ਕਹੋ ਕਿ ਆਮ ਆਦਮੀ ਪਾਰਟੀ ਨੂੰ ਝਟਕਾ, ਉਹ ਪੰਜਾਬ ਏਕਤਾ ਪਾਰਟੀ ਨੂੰ ਝਟਕਾ ਜੀ ਉਹ। ਸਾਡੇ ਤਾਂ ਸਾਡੇ ਵੱਲੋਂ ਤਾਂ ਕਦੋਂ ਦੇ ਕੱਢੇ ਹੋਏ ਨੇ ਉਹ, 2 ਸਾਲ ਤੋਂ ਇਸ ਤਰ੍ਹਾਂ ਸਪੀਕਰ ਨੂੰ ਨੋਟਿਸ ਦਿੱਤਾ ਹੋਇਆ ਕਿ ਇਹਨਾਂ ਦਾ ਜਿਹੜਾ ਐਮਐਲਏਸ਼ਿਪ ਕੈਂਸਲ ਕੀਤੀ ਜਾਵੇ। ਇੱਕ ਬੰਦਾ ਜਿਹੜਾ ਸਾਡੇ ਤੋਂ ਬਿਨਾਂ ਇਲੈਕਸ਼ਨ ਲੜ ਲਿਆ ਕਿਸੇ ਹੋਰ ਪਾਰਟੀ ਵੱਲੋਂ, ਅਸੀਂ ਉਹਨੂੰ ਕਿਵੇਂ ਕਹਿ ਸਕਦੇ ਹਾਂ ਕਿ ਸਾਡਾ ਹੈ ਉਹ? ਉਹ ਤਾਂ ਸਾਡੇ ਹੈ ਹੀ ਨਹੀਂ ਸੀ ਕਦੇ। ਮਾਨ ਸਾਹਿਬ ਪੋਸਟਰ ਵਾਰ ਟ੍ਰੈਂਡ ਕਰ ਰਿਹਾ ਜੀ ਹੁਣ ਪੰਜਾਬ 'ਚ, ਸਿੱਧੂ ਸਾਹਿਬ ਦੇ ਵੀ ਪੋਸਟਰ ਲੱਗ ਰਿਹਾ ਸਾਰਾ ਪੰਜਾਬ ਸਿੱਧੂ ਦੇ ਨਾਲ, ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਸਾਡਾ ਇੱਕੋ ਕੈਪਟਨ। ਕਿਸ ਤਰ੍ਹਾਂ ਦੇਖਦੇ ਹੋ ਦੂਣੀ ਕਲੇਸ਼ ਹਜੇ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ? ਲੋਕ ਇਹ ਦੇਖ ਰਹੇ ਨੇ ਸਾਰਾ ਕੁਛ, 22 ਦੇ ਵਿੱਚ ਲੋਕਾਂ ਨੇ ਫੈਸਲਾ ਕਰਨਾ ਹੈ, ਇਕੱਲੇ ਪੋਸਟਰਾਂ ਨਾਲ ਨਹੀਂ ਹੋਣਾ ਕਿ ਕੈਪਟਨ ਇੱਕੋ ਹੀ ਹੁੰਦਾ ਹੈ ਜਾਂ ਆ ਜਾਂ ਉਹ, ਜਿਹੜੇ ਵੀ ਇਹਦੀ ਬਜਾਏ ਗਰਾਊਂਡ 'ਤੇ ਕੰਮ ਕਰਨ ਦੀ ਲੋੜ ਹੈ। ਅੱਜ ਵੈਕਸੀਨੇਸ਼ਨ ਹੈ ਨਹੀਂ, ਟੀਕੇ ਨਹੀਂ ਲੱਗ ਰਹੇ, ਹਸਪਤਾਲਾਂ ਦੀ ਹਾਲਤ ਬੁਰੀ ਹੈ, ਐਂਬੂਲੈਂਸ ਤਾਂ ਹੈ ਨਹੀਂ, ਆਕਸੀਜਨ ਸਿਲੰਡਰ ਹੈ ਨਹੀਂ, ਉਹਦੀ ਕੋਈ ਚਿੰਤਾ ਨਹੀਂ, ਸਿਰਫ ਆਪਣੀਆਂ ਕੁਰਸੀਆਂ ਦੀ ਚਿੰਤਾ। ਮਾਨ ਸਾਹਿਬ ਉਹਨਾਂ ਵੱਲੋਂ ਤਾਂ ਕਿਹਾ ਗਿਆ ਵੀ ਕੈਪਟਨ ਸਾਹਿਬ ਇੱਕ ਤਾਂ ਆਮ ਆਦਮੀ ਪਾਰਟੀ ਦਾ ਕੌਣ ਖੇਡਣ, 2022 ਦੀ ਗੱਲ ਜਲਦੀ ਜਲਦੀ ਤੁਹਾਨੂੰ ਅਸੀਂ ਮਤਲਬ ਸੀਐਮ ਦਾ ਚਿਹਰਾ ਜਿਹੜਾ ਅਨਾਊਂਸ ਕਰਾਂਗੇ। ਆਮ ਆਦਮੀ ਪਾਰਟੀ ਇਸ ਵਾਰ ਚਿਹਰਾ ਅਨਾਊਂਸ ਕਰਕੇ 2022 ਦੀ ਇਲੈਕਸ਼ਨ। ਸਰ ਲਾਸਟ ਕੁਐਸਚਨ ਦੀ ਗੱਲ ਤੁਸੀਂ ਕੀਤੀ ਆ, ਕਾਂਗਰਸ ਨੇ ਦਲਤ ਪੱਤਾ ਖੇਡ ਰਹੀ ਆ ਵੀ ਅਸੀਂ ਡੈਪਟੀ ਸੀਐਮ ਅਸੀਂ ਦਲਤ ਬਣਾਉਣਾ। ਜੀ ਲਿਸਟ ਜਾਰੀ ਕੀਤੀ ਆ ਆਮ ਆਦਮੀ ਪਾਰਟੀ ਨੇ, ਹਲਕਾ ਇੰਚਾਰਜ ਲਾਏ ਆ, ਸਿਆਸੀ ਗਲਿਆਰਾਂ 'ਚ ਚਰਚਾ ਕਿ ਹਲਕਾ ਇੰਚਾਰਜ ਜਿਹੜੇ ਲਾ ਤੇ ਉਹਨਾਂ ਨੂੰ ਵਿਧਾਨ ਸਭਾ ਚੋਣਾਂ 'ਚ ਟਿਕਟ ਤੈਅ ਆ? ਨਹੀਂ ਨਹੀਂ, ਹਲਕਾ ਇੰਚਾਰਜ ਦਾ ਮਤਲਬ ਟਿਕਟ ਨਹੀਂ ਹੈ, ਅਤੇ ਟਿਕਟ ਵੇਲੇ ਜਦੋਂ ਸਰਵੇ ਹੋਊਗਾ ਤਾਂ 22 ਨੇਮ ਸਰਵੇ ਹੋਊਗਾ। ਹਲਕਾ ਇੰਚਾਰਜ ਮਤਲਬ ਉਹ ਹਲਕੇ ਨੂੰ ਦੇਖਣਗੇ, ਸਾਰੇ ਇਕੱਠੇ ਚੱਲਣਗੇ। ਜਦੋਂ ਸਰਵੇ ਹੋਇਆ ਪਬਲਿਕ ਵੱਲੋਂ ਲੋਕਾਂ ਦੇ ਕੋਟੇ 'ਚੋਂ ਟਿਕਟਾਂ ਆਉਣਗੀਆਂ, ਅਤੇ ਉਦੋਂ ਜਿਹਦਾ ਨਾਮ ਸਰਵੇ 'ਚ ਅੱਗੇ ਆਊਗਾ ਉਹਨੂੰ ਨਹੀਂ ਕਹਿ ਸਕਦਾ ਕਿ ਮੈਂ ਤਾਂ ਕੰਮ ਕਰਦਾ, ਜਿੱਥੇ ਮੇਰੀ ਡਿਊਟੀ ਲੱਗੂਗੀ ਮੈਂ ਆਪਣਾ ਕੰਮ ਕਰਦਾ।